ਕਿ ਤੁਸੀਂ ਕਦੇ ਦੇਖਿਆ ਅਜਿਹਾ ਸਰਕਾਰੀ ਸਕੂਲ ਜਿੱਥੇ ਪੜ੍ਹਦਾ ਹੈ ਸਿਰਫ ਇੱਕ ਹੀ ਵਿਦਿਆਰਥੀ? ਇੱਕ ਵਿਦਿਆਰਥੀ ਲਈ ਹੀ ਖੁੱਲ੍ਹਦਾ ਹੈ ਪੂਰਾ ਸਕੂਲ, ਜਿਸ ਨੂੰ ਪੜ੍ਹਾਉਣ ਆਉਂਦੀ ਹੈ ਇੱਕ ਹੀ ਅਧਿਆਪਿਕਾ। ਇਹ ਹੈ ਪੰਜਾਬ ਦਾ ਸਭ ਤੋਂ ਵੱਖਰਾ ਸਮਾਰਟ ਸਕੂਲ। ਨਿੱਜੀ ਸਕੂਲਾਂ 'ਚ ਪੜ੍ਹਦੇ ਨੇ ਪਿੰਡ ਦੇ ਬਾਕੀ ਵਿਦਿਆਰਥੀ, ਮੈਂ ਇਸ ਵੇਲੇ ਬੁੱਧ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਹਾਂ। ਇਹ ਸਮਾਰਟ ਸਕੂਲ ਪੂਰੇ ਪੰਜਾਬ ਦੇ ਨਾਲੋਂ ਵੱਖਰਾ ਹੈ। ਵੱਖਰਾ ਕਿਸ ਕਰਕੇ, ਇੱਕ ਵਾਰ ਤਸਵੀਰਾਂ ਦੇਖ ਲਓ ਕਿ ਸਕੂਲ ਹੈ ਕਾਫੀ ਸਮਾਰਟ ਹੈ, ਕਾਫੀ ਜ਼ਿਆਦਾ ਆਧੁਨਿਕ ਇਸ ਦੇ ਕਮਰੇ ਨੇ, ਲਾਇਬ੍ਰੇਰੀ ਹੈ, ਟੀਚਰ ਨੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਸਭ ਤੋਂ ਜ਼ਿਆਦਾ ਸਮਾਰਟ ਹੈ ਇੱਥੋਂ ਦਾ ਇਹ ਬੱਚਾ, ਜਿਹੜਾ ਕਿ ਇਕੱਲਾ ਕਲਾਸ ਦੇ ਵਿੱਚ ਆਉਂਦਾ, ਜਿਸ ਨੂੰ ਪੜ੍ਹਾਉਣ ਦੇ ਲਈ ਇੱਕ ਟੀਚਰ ਆਉਂਦਾ ਅਤੇ ਇੱਕ ਹੀ ਕਲਾਸ ਦੇ ਵਿੱਚ ਬੱਚਾ ਹੈ। ਕਿਤੇ ਨਾ ਕਿਤੇ ਜਾ ਕੇ ਇਹ ਸਕੂਲ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ। ਹਾਲਾਂਕਿ ਇਸ ਪਿੰਡ ਦੇ ਵਿੱਚ 50 ਤੋਂ 60 ਘਰ ਜਿਹੜੇ ਰਹਿੰਦੇ ਨੇ, ਪਰ ਜ਼ਿਆਦਾਤਰ ਪੇਰੈਂਟਸ ਦੇ ਜਿਹੜੇ ਬੱਚੇ ਨੇ ਉਹ ਕੋਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਹੋਰ ਵੱਡੇ ਸਕੂਲਾਂ 'ਚ ਪੜ੍ਹਦੇ ਨੇ, ਪਰ ਪਿੰਡ ਦੇ ਵਿੱਚ ਕੋਈ ਵੀ ਬੱਚਾ ਸਕੂਲ ਦੇ ਵਿੱਚ ਪੜ੍ਹਨ ਨਹੀਂ ਆਉਂਦਾ। ਸਿਰਫ ਇੱਕ ਬੱਚਾ ਪੜ੍ਹਨ ਆਉਂਦਾ, 5ਵੀਂ ਕਲਾਸ ਦਾ ਇਹ ਸਟੂਡੈਂਟ ਹੈ ਔਰ ਪਿਛਲੇ 5 ਸਾਲਾਂ ਤੋਂ ਇਸੇ ਸਕੂਲ ਦੇ ਵਿੱਚ ਪੜ੍ਹਾਈ ਕਰ ਰਿਹਾ। ਸਕੂਲ ਦੇ ਟੀਚਰ ਆਪਣੇ ਨਾਲ ਨੇ, ਆਪਾਂ ਇਹਨਾਂ ਗੱਲਬਾਤ ਕਰਦੇ ਹਾਂ। ਮੈਡਮ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ ਜੀ? ਗੁੱਡ ਮਾਰਨਿੰਗ, ਵਧੀਆ। ਕਿੰਨਾ ਟਾਈਮ ਹੋ ਗਿਆ ਸਕੂਲ ਦੇ ਵਿੱਚ ਔਰ ਇਸ ਸਕੂਲ ਦੀ ਖਾਸੀਅਤ ਕੀ ਹੈ? ਕਹਿੰਦੇ ਕਿ ਕਾਫੀ ਸਮਾਰਟ ਸਕੂਲ ਹੈ, ਕਾਫੀ ਸਹੂਲਤਾਂ ਸਕੂਲ ਦੇ ਵਿੱਚ ਨੇ ਜੀ। ਸਕੂਲ ਬਹੁਤ ਵਧੀਆ ਸਮਾਰਟ ਸਕੂਲ ਬਣਿਆ ਹੋਇਆ, ਇਸ ਦੇ ਵਿੱਚ ਸਰਕਾਰ ਦੁਆਰਾ ਦਿੱਤੀਆਂ ਹੋਈਆਂ ਹਰ ਸਹੂਲਤ ਹੈ ਅਤੇ ਮਤਲਬ ਪ੍ਰੋਜੈਕਟਰ ਲੱਗਿਆ ਹੈ, ਬੱਚਿਆਂ ਨੂੰ ਵਧੀਆ ਪੜ੍ਹਾਈ ਹੁੰਦੀ ਹੈ, ਜਿੱਥੇ ਕਿ ਸਾਰਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਅਤੇ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਨੇ, ਲਾਇਬ੍ਰੇਰੀ ਵੀ ਹੈ, ਬੱਚਿਆਂ ਦੇ ਖੇਡਣ ਵਾਸਤੇ ਬਹੁਤ ਸਾਰਾ ਸਮਾਨ ਹੈ ਇੱਥੇ। ਪਰ ਤੁਹਾਡੇ ਸਕੂਲ ਦੇ ਚਰਚੇ ਬੜੇ ਨੇ, ਸਕੂਲ ਦੇ ਵਿੱਚ ਕਹਿੰਦੇ ਸਿਰਫ ਇੱਕ ਬੱਚਾ ਅਤੇ ਇੱਕ ਹੀ ਟੀਚਰ, ਕਾਰਨ ਕੀ ਹੈ ਜੀ? ਮੈਂ ਇੱਥੇ ਨਵਾਂ ਹੀ ਜੁਆਇਨ ਕੀਤਾ ਹੈ ਅਤੇ ਜਦੋਂ ਮੈਂ ਆਈ ਹਾਂ ਉੱਥੇ ਇੱਕ ਹੀ ਬੱਚਾ ਸਕੂਲ ਦੇ ਵਿੱਚ ਆ ਰਿਹਾ। ਹਾਂਜੀ, ਅਤੇ ਪਿੰਡ ਦੇ ਵਿੱਚ ਜੋ ਬੱਚੇ ਨੇ ਉਹ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਰਹੇ ਨੇ, ਕੋਈ ਵੀ ਬੱਚਾ ਆਪਦਾ ਜੋ ਹੈ ਸਰਕਾਰੀ ਸਕੂਲ ਦੇ ਵਿੱਚ ਨਹੀਂ ਲਾ ਰਿਹਾ। ਕੀ ਕਾਰਨ ਕੀ ਹੈ? ਸਕੂਲ ਦੇ ਵਿੱਚ ਕਮੀ ਨਹੀਂ ਹੈ, ਸਰਕਾਰ ਵੱਲੋਂ ਸਭ ਕੁਝ ਦਿੱਤਾ ਹੋਇਆ ਹੈ, ਕੀ ਕਾਰਨ ਕੀ ਹੈ? ਕੀ ਲੱਗਦਾ ਲੋਕਾਂ ਨੂੰ ਸੋਚ ਬਦਲਣ ਦੀ ਲੋੜ ਹੈ ਕਿ ਸਰਕਾਰੀ ਸਕੂਲਾਂ ਨੂੰ ਥੋੜ੍ਹੀ ਜਿਹੀ ਪਹਿਲ ਦਿੱਤੀ ਹੈ, ਵੀ ਸਰਕਾਰ ਐਫਰਟਸ ਕਰ ਰਹੀ ਹੈ ਜੀ? ਬਸ ਲੋਕਾਂ ਦੀ ਸੋਚ ਉਹ ਹੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵਧੀਆ ਮਤਲਬ ਜ਼ਿਆਦਾ ਹੀ ਪੜ੍ਹਾਈ ਹੁੰਦੀ ਹੈ, ਪਰ ਵਧੀਆ ਹੈ ਸਰਕਾਰੀ ਸਕੂਲ ਦੇ ਵਿੱਚ, ਹੁਣ ਬਹੁਤ ਜ਼ਿਆਦਾ ਫੈਸਿਲਿਟੀਆਂ ਆ ਗਈਆਂ, ਪਹਿਲਾਂ ਵਰਗੇ ਸਰਕਾਰੀ ਸਕੂਲ ਨਹੀਂ ਰਹੇ, ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ ਅਤੇ ਮੇਰੀ ਪਿੰਡ ਵਾਸੀਆਂ ਨੂੰ ਵੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਬੱਚੇ ਆਪਣੇ ਇਸ ਸਕੂਲ ਦੇ ਵਿੱਚ ਲਾਉਣ ਅਤੇ ਸਰਕਾਰ ਦੁਆਰਾ ਦਿੱਤੀਆਂ ਹੋਈਆਂ ਸਹੂਲਤਾਂ ਦਾ ਫਾਇਦਾ ਉਠਾਉਣ। ਕਿੰਨੇ ਕਿਲੋਮੀਟਰ ਤੋਂ ਮੈਮ ਚੱਲ ਕੇ ਆਉਂਦੇ ਹੋ? ਰਸਤਾ ਕਾਫੀ ਤੰਗ ਹੈ, ਇਕੱਲੇ ਇੱਥੇ ਆਉਂਦੇ ਹੋ, ਹੋਰ ਵੀ ਆਂਗਨਵਾੜੀ ਸੈਂਟਰ ਨੇ ਇੱਥੇ, ਇਕੱਲੇ ਦਾ ਫਿਰ ਮਨ ਕਿਵੇਂ ਲੱਗਦਾ ਹੈ? ਸਿਰਫ ਇੱਕ ਬੱਚੇ ਦੇ ਨਾਲ ਹੀ ਸਾਰਾ ਦਿਨ ਕਿਵੇਂ ਮੈਨੇਜ ਕਰਦੇ ਹੋ ਜੀ? ਆਉਣਾ ਜਾਣਾ ਤਾਂ ਅਸੀਂ ਬਾਹਰ ਤੋਂ ਹਾਂ ਅਤੇ ਇੱਥੇ ਨੇੜੇ ਪਿੰਡ ਦਾਨ ਸਿੰਘ ਵਾਲੇ ਵਿੱਚ ਸਾਡੀ ਰਿਹਾਇਸ਼ ਕਰ ਰੱਖੀ ਹੈ ਅਸੀਂ। ਹਾਂਜੀ, ਅਤੇ ਕਿਸ ਤਰ੍ਹਾਂ ਚੱਲ ਰਹੀ ਹੈ ਬੱਚਿਆਂ ਦੀ ਸਟੱਡੀ, ਕਿਸ ਤਰ੍ਹਾਂ ਚੱਲ ਰਹੀ ਹੈ? ਪਹਿਲਾਂ ਕਿੰਨੇ ਕੁ ਬੱਚੇ ਸੀ ਦੱਸਦੇ ਸੀ? ਪਹਿਲਾਂ ਵੀ ਇੱਕ ਬੱਚਾ ਸੀ ਕਿ ਪਹਿਲਾਂ ਜ਼ਿਆਦਾ ਬੱਚੇ ਹੁੰਦੇ ਸੀ, ਬਾਅਦ ਦੇ ਵਿੱਚ ਬੱਚੇ ਘੱਟ ਗਏ? ਹਿਸਟਰੀ ਕੀ ਹੈ? ਨਹੀਂ ਜੀ, ਮੈਂ ਮਈ 'ਚ ਜੁਆਇਨ ਕੀਤਾ, ਜਦੋਂ ਦੀ ਮੈਂ ਆਈ ਹਾਂ ਸਕੂਲ ਦੇ ਵਿੱਚ ਇੱਕ ਹੀ ਬੱਚਾ ਹੈ। ਮੈਂ ਪਿੰਡ ਵਿੱਚ ਗਈ, ਕਨਵੈਂਸ ਕੀਤਾ ਪੇਰੈਂਟਸ ਨੂੰ ਜਾ ਕੇ ਕਿ ਆਪਣੇ ਬੱਚੇ ਲਾਓ ਸਰਕਾਰੀ ਸਕੂਲ ਦੇ ਵਿੱਚ, ਪਰ ਕੋਈ ਵੀ ਆਪਦਾ ਬੱਚਾ ਪ੍ਰਾਈਵੇਟ ਸਕੂਲ ਦਾ ਲਾ ਇੱਥੇ ਨਹੀਂ ਲਾਉਣ ਨੂੰ। ਕਿੰਨੇ ਕਰਨੇ ਤੇ ਲਗਭਗ ਜੀ? ਹੋਣਗੇ ਲਗਭਗ ਅਪਰੋਕਸੀਮੇਟਲੀ 50 ਕੁ ਹੋਣਗੇ। ਬਿਲਕੁਲ, ਇਹ ਟੀਚਰ ਨੇ ਬਿਲਕੁਲ ਦਾਤ ਦੇ ਨੇ, ਇਹਨਾਂ ਨੂੰ ਜ਼ਰੂਰ ਬਣਦੀ ਹੈ ਕਿਉਂਕਿ ਕਾਫੀ ਦੂਰ ਤੋਂ ਸ਼ਾਇਦ ਹਰਿਆਣਾ ਤੋਂ ਬਿਲੋਂਗ ਕਰਦੇ ਨੇ ਔਰ ਇਸ ਜਗ੍ਹਾ 'ਤੇ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਉਹ ਬੱਚਾ ਆਪਣੇ ਨਾਲ ਹੈ ਜਿਹੜਾ ਪਿਛਲੇ 5 ਸਾਲਾਂ ਦੇ ਸਕੂਲ ਦੇ ਵਿੱਚ ਪੜ੍ਹ ਰਿਹਾ। ਬੱਚੇ, ਕੀ ਨਾਮ ਹੈ ਤੁਹਾਡਾ? ਪਿੰਡਾ ਸਿੰਘ।
ਕਿੰਨਾ ਟਾਈਮ ਹੋ ਗਿਆ ਤੁਸੀਂ ਇਸ ਸਕੂਲ ਦੇ ਵਿੱਚ ਪੜ੍ਹਦੇ ਹੋ? ਕਿੰਨੇ ਸਾਲ ਹੋ ਗਏ? 5 ਸਾਲ ਹੋ ਗਏ। ਕਿਵੇਂ ਲੱਗ ਰਿਹਾ ਤੁਸੀਂ ਤਾਂ ਇਕੱਲੇ ਹੀ ਪੜ੍ਹ ਰਹੇ ਹੋ, ਹੋਰ ਬੱਚੇ ਤੁਹਾਡੇ ਸਾਥੀ ਨਹੀਂ ਹੈ, ਜੀ ਕਿਵੇਂ ਲੱਗਦਾ ਤੁਹਾਡਾ ਮਨ ਦੇ ਵਿੱਚ ਇਕੱਲਿਆਂ ਦਾ ਸਕੂਲ 'ਚ? ਜੀ ਕੰਮ ਇਕੱਲਾ ਗਾਣਾ ਕੋਈ ਹੈ ਹੀ ਨਹੀਂ, ਅਤੇ ਹੈ ਨਹੀਂ ਗਾ, ਇਸ ਲਈ ਇਕੱਲਾ ਹੀ ਪੜ੍ਹਦਾ ਜੀ। ਕਿਵੇਂ ਪੜ੍ਹਾਉਂਦੇ ਨੇ ਟੀਚਰ ਮੈਡਮ, ਕਿਵੇਂ ਪੜ੍ਹਾਉਂਦੇ ਨੇ, ਸਮਝ ਆਉਂਦਾ ਹੈ? ਕਿੰਨਾ ਪਿਆਰ ਕਰਦੇ ਨੇ ਬੱਚੇ ਟੀਚਰ ਤੁਹਾਨੂੰ? ਹਾਂ ਸਹੀ, ਸਾਰਾ ਪੜ੍ਹਾਉਂਦੇ ਆ ਜੀ, ਠੀਕ ਸਾਰਾ ਸਮਝਾ ਕੇ ਪੜ੍ਹਾਉਂਦੇ ਆ। ਫਿਰ ਦੂਜੇ ਬੱਚੇ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਨਾਲ ਪਹਿਲਾਂ ਪੜ੍ਹਦੇ ਹੁੰਦੇ ਸੀ? ਪਹਿਲਾਂ ਕਿੰਨੇ ਕੁ ਬੱਚੇ ਹੁੰਦੇ ਗਏ? ਤੁਹਾਨੂੰ 5 ਸਾਲ ਹੋ ਗਏ ਹੈ, ਪਹਿਲਾਂ ਤੁਹਾਡੇ ਸਾਥੀ ਕਿੰਨੇ ਕੁ ਸੀ ਹੋਰ ਪੜ੍ਹਨ ਵਾਲੇ ਨਾਲ? 25 ਸੀ, 20-25। ਹੁਣ ਤਾਂ ਇਕੱਲਾ ਹੀ ਹੈ ਜੀ। ਜੀ ਲੱਗ ਜਾਂਦਾ ਫਿਰ? ਨਹੀਂ ਇਕੱਲਾ ਆਉਣਾ ਤਾਂ ਕੋਈ ਹੈ ਨਹੀਂ ਇੱਥੇ। ਕਿੰਨਾ ਚਿਰ ਹੋ ਗਿਆ, 5 ਸਾਲ ਹੋ ਗਏ ਤੁਹਾਨੂੰ ਪੜ੍ਹਦੇ ਨੂੰ? ਮੇਰੇ ਖਿਆਲ 'ਚ ਕਿਹੜੀ ਕਲਾਸ ਪੜ੍ਹ ਰਹੇ ਹੋ? ਫਿਫਥ ਕਲਾਸ ਦੇ ਵਿੱਚ। ਕੀ ਪੜ੍ਹਿਆ ਸੁਣਾਓ ਮੈਨੂੰ, ਕੀ ਪੜ੍ਹਿਆ ਜੀ? ਟੈਸਟ ਹੈ ਜੀ। ਪੜ੍ਹਿਓ ਪੜ੍ਹਿਓ ਕੁਛ, ਕੀ ਪੜ੍ਹ ਰਹੇ ਹੋ? ਇਹ ਹੋ ਗਿਆ ਹੋਇਆ ਹੈ ਸਾਰੇ। ਬਿਲਕੁਲ, ਇਹ ਸਟੂਡੈਂਟ ਹੈ, ਬੱਚਾ ਹੈ, ਕੀ ਨਾਮ ਦੱਸਿਆ ਤੁਸੀਂ? ਭਿੰਦਾ ਸਿੰਘ ਹੈ, ਕਾਫੀ ਮਾਸੂਮ ਹੈ। ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਜ਼ਾਹਰ ਹੋ ਰਿਹਾ, ਦੱਸ ਰਿਹਾ ਕਿ ਪਿਛਲੇ 5 ਸਾਲ ਤੋਂ ਪੜ੍ਹ ਰਿਹਾ, 25 ਦੇ ਜ਼ਿਆਦਾ ਇਹਦੇ ਦੋਸਤ ਹੁੰਦੇ ਸੀ, ਸਟੂਡੈਂਟ ਹੁੰਦੇ ਸੀ, ਜਿਹੜੇ ਅੱਜ ਨਹੀਂ ਹੈ। ਬੱਚੇ ਕੀ ਕਾਰਨ ਕੀ ਹੈ, ਕਿਉਂ ਤੁਹਾਡੇ ਸਾਥੀ ਚਲੇ ਗਏ, ਕਿਹੜੇ ਸਕੂਲਾਂ 'ਚ ਪੜ੍ਹਨ ਲੱਗੇ, ਪ੍ਰਾਈਵੇਟ ਸਕੂਲ ਚਲੇ ਗਏ? ਪ੍ਰਾਈਵੇਟ 'ਤੇ ਲੱਗ ਗਏ ਸਾਰੀ। ਤੁਹਾਨੂੂੰ ਵਧੀਆ ਲੱਗਦਾ ਪੜ੍ਹਨਾ ਸਰਕਾਰੀ ਸਕੂਲ 'ਚ? ਹਾਂਜੀ। ਕੀ ਕਹੋਗੇ ਦੂਜੇ ਆਪਦੇ ਦੋਸਤਾਂ ਨੂੰ, ਇੱਥੇ ਪੜ੍ਹੋ, ਕੀ ਕਹੋਗੇ? ਇੱਥੇ ਪੜ੍ਹੋ, ਉਹ ਕਹਿੰਦੇ ਇੱਥੇ ਹੈ ਨਹੀਂ ਪੜ੍ਹਾਈ, ਲੇਕਿਨ ਪੜ੍ਹਾਈ ਸਾਰਾ ਸਕੂਲਾਂ 'ਚ ਹੀ, ਉਹ ਪ੍ਰਾਈਵੇਟ 'ਤੇ ਲੱਗ ਗਏ ਸਾਰੀ, ਕਹਿੰਦੇ ਉਹ 'ਚ ਜ਼ਿਆਦਾ ਸਕੋਪ ਹੈ ਪੜ੍ਹਾਈ। ਮੈਡਮ ਪੜ੍ਹਾਈ ਕਿਵੇਂ ਕਰਾਉਂਦੇ ਆ? ਸਭ ਸਹੀ ਕਰਾਉਂਦੇ। ਸਹੀ ਕਰਾਉਂਦੇ। ਅੱਛਾ, ਘਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਬੱਚੇ? ਘਰ ਦੇ ਵਿੱਚ ਕੌਣ ਕੌਣ ਹੈ, ਮੰਮੀ ਪਾਪਾ ਸਿਸਟਰ ਕੌਣ ਕੌਣ ਹੈ ਘਰ ਦੇ ਵਿੱਚ? ਘਰਦਿਆਂ ਨੇ ਕਦੇ ਕਿਹਾ ਨਹੀਂ ਕਿ ਤੁਸੀਂ ਵੀ ਪ੍ਰਾਈਵੇਟ ਸਕੂਲ 'ਚ ਚਲੋ? ਨਹੀਂ, ਉਹ ਕਹਿੰਦੇ ਇੱਥੇ ਸਹੀ ਹੈ ਪੜ੍ਹਾਈ, ਇੱਥੇ ਸਹੀ ਪੜ੍ਹਾਈ ਹੈ, ਵੱਧਦਾ ਸਰਕਾਰੀ 'ਚ। ਬਿਲਕੁਲ, ਇਹ ਬੱਚਾ ਹੈ ਜਿਹੜਾ ਕਿ ਇਕੱਲਾ ਹੀ ਕਲਾਸ ਦੇ ਵਿੱਚ ਆਉਂਦਾ ਹੈ, ਔਰ ਇੱਕ ਹੀ ਟੀਚਰ ਹੈ ਜਿਹੜੇ ਕਿ ਦਫ਼ਤਰ ਵੀ ਦੇਖਦੇ ਨੇ, ਲਾਇਬ੍ਰੇਰੀ ਵੀ ਦੇਖਣੀ ਹੈ, ਬੱਚੇ ਵੀ ਦੇਖਣੇ ਨੇ, ਸਾਫ਼ ਸਫਾਈ ਵੀ ਦੇਖਣੀ ਹੈ, ਕਿਉਂਕਿ ਪ੍ਰਾਇਮਰੀ ਸਕੂਲ ਦੇ ਕੋਲ ਜ਼ਿਆਦਾ ਮੇਨ ਪਾਵਰ ਨਹੀਂ ਹੁੰਦੀ, ਇਹ ਟੀਚਰ ਨੇ। ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਮੈਮ, ਕੀ ਸੁਨੇਹਾ ਕੀ ਦੇਣਾ ਚਾਹੋਗੇ ਨਿਊਜ਼18 ਦੇ ਜ਼ਰੀਏ ਉਹਨਾਂ ਪੇਰੈਂਟਸ ਨੂੰ, ਖਾਸ ਤੌਰ 'ਤੇ ਪਿੰਡ ਦੇ ਵਾਸੀਆਂ ਨੂੰ, ਕਿ ਘੱਟੋ ਘੱਟ ਇਸ ਸਕੂਲ ਨੂੰ ਜਿਉਂਦਾ ਰੱਖਿਆ ਜਾਵੇ? ਸਿਰਫ ਇੱਕ ਬੱਚਾ ਜੇ ਚਲਾ ਗਿਆ, ਫਿਰ ਇਸ ਤੋਂ ਬਾਅਦ ਅੱਗੇ ਕੀ ਹੋਏਗਾ? ਜੀ ਬਸ ਮੇਰੀ ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਕੂਲ ਦੇ ਵਿੱਚ ਆਪਣੇ ਬੱਚੇ ਲਾਓ, ਬਹੁਤ ਵਧੀਆ ਸਟੱਡੀ ਹੈ, ਮੈਂ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਂਗੀ, ਅਤੇ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਜੋ ਹੈ ਨਵੇਂ ਸਾਲ ਤੋਂ ਇਸ ਸਕੂਲ ਦੇ ਵਿੱਚ ਕਰਵਾਓ। ਕਿਉਂਕਿ ਟੀਚਰ ਉਦੋਂ ਖੁਸ਼ ਹੁੰਦਾ ਕਿ ਤੋਂ ਬਹੁਤ ਸਾਰੇ ਬੱਚੇ ਹੋਣ, ਬਹੁਤ ਸਾਰੇ ਉਹ ਤੋਂ ਤਾਲੀਮ ਲੈਣ, ਉਸ ਤੋਂ ਸਿੱਖਿਆ ਲੈਣ। ਸਿਰਫ ਇੱਕ ਬੱਚਾ ਤੁਸੀਂ ਦਿਲ ਨਾਲ ਪੜ੍ਹਾ ਰਹੇ ਹੋ, ਕਦੇ ਦਿਲ ਨਹੀਂ ਕਰਦਾ ਵੀ ਇਸ ਸਕੂਲ ਨੂੰ ਛੱਡ ਕੇ ਮੈਂ ਹੋਰ ਜਗ੍ਹਾ 'ਤੇ ਜਾਵੜਾਂ, ਘੱਟੋ ਘੱਟ ਟੀਚਿੰਗ ਦਾ ਜਿਹੜਾ ਇੰਟਰਸਟ ਹੈ ਮੈਨੂੰ ਉਹ ਤਾਂ ਪੂਰਾ ਕਰ ਲਾ, ਮੈਂ ਲੱਗਦਾ ਕਦੇ ਵੀ ਇੰਟਰਸਟ। ਹਾਂਜੀ ਹਾਂਜੀ, ਪੜ੍ਹਾਉਣ ਦਾ ਬਹੁਤ ਸ਼ੌਂਕ ਹੈ ਜੀ ਮੈਨੂੰ, ਮੇਰੀ ਨਵੀਂ ਜੁਆਇਨਿੰਗ ਹੀ ਹੋਈ ਹੈ, ਅਤੇ ਮੈਂ ਇਸ ਬੱਚੇ ਦੇ ਉੱਤੇ ਆਪਦੀ ਤਰਫ ਤੋਂ ਪੂਰਾ ਟਾਈਮ ਲਾਉਂਦੀ ਹਾਂ। ਹਾਂਜੀ, ਬਹੁਤ ਵਧੀਆ ਤਰੀਕੇ ਨਾਲ ਇਹਨੂੰ ਪੜ੍ਹਾਉਂਦੀ ਹਾਂ, ਅਤੇ ਜੇਕਰ ਹੋਰ ਬੱਚੇ ਹੋਣਗੇ ਤਾਂ ਵਧੀਆ, ਇੱਕ ਬੱਚੇ ਨਾਲ ਥੋੜ੍ਹਾ ਜਿਹਾ ਇੰਟਰੈਕਸ਼ਨ ਘੱਟ ਬਣਦਾ, ਜਿਵੇਂ ਕਿ ਪੜ੍ਹਾਈ ਵਾਲਾ ਮਾਹੌਲ ਹੋਰ ਵਧੀਆ ਬਣੂਗਾ ਜ਼ਿਆਦਾ ਬੱਚੇ ਹੋਣ ਤਾਂ। ਹਾਂਜੀ ਬਿਲਕੁਲ, ਇਹ ਟੀਚਰ ਨੇ ਔਰ ਇੱਕ ਸਟੂਡੈਂਟ ਔਰ ਇੱਕ ਟੀਚਰ ਹੈ, ਬੁੱਧ ਸਿੰਘ ਵਾਲਾ ਹੈਗਾ, ਬਠਿੰਡਾ ਦੇ ਬਿਲਕੁਲ ਲਾਸਟ ਸਰਹੱਦੀ ਜਿਹੜਾ ਪਿੰਡ ਹੈ, ਨਾਲ ਅੱਗੇ ਫਰੀਦਕੋਟ ਸ਼ੁਰੂ ਹੋ ਜਾਂਦਾ, ਔਰ ਕਿਤੇ ਨਾ ਕਿਤੇ ਜਾ ਕੇ ਇਸ ਸਮਾਰਟ ਸਕੂਲ ਦੇ ਚਰਚੇ ਪੂਰੇ ਪੰਜਾਬ ਦੇ ਵਿੱਚ ਨੇ। ਹਾਲਾਂਕਿ ਲੋਕਾਂ ਨੂੰ ਆਪਦੀ ਸੋਚ ਬਦਲਣ ਦੀ ਲੋੜ ਹੈ, ਕੌਨਵੈਂਟ ਅਤੇ ਵੱਡੇ ਸਕੂਲਾਂ ਨੂੰ ਛੱਡ ਕੇ ਪਿੰਡ ਦੇ ਜਿਹੜੇ ਪ੍ਰਾਇਮਰੀ ਸਕੂਲ ਹੈ ਜਿਹੜੇ ਦਿਨੋਂ ਦਿਨ ਅਲੋਪ ਹੋ ਰਹੇ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਲੋੜ ਹੈ। ਬੁੱਧ ਸਿੰਘ ਵਾਲਾ ਤੋਂ ਸੂਰਜ ਭਾਨ, ਨਿਊਜ਼18 ਪੰਜਾਬ। ਇਹ ਦੇਖੋ ਗੱਲ ਇਹ ਆ ਜੀ, ਪਹਿਲਾਂ ਬੱਚੇ ਪਿਛਲੀ ਸੈਸ਼ਨ ਵਿੱਚ ਬੱਚੇ 20-25 ਬੱਚੇ ਸੀਗੇ ਇੱਥੇ, ਟੀਚਰ ਵੀ ਸੀਗੇ 2 ਜੀ। ਉਸ ਤੋਂ ਬਾਅਦ ਇੱਕ ਟੀਚਰ ਦੀ ਬਦਲੀ ਹੋ ਗਈ ਇੱਥੇ, ਇੱਕ ਟੀਚਰ ਰਹੇਗਾ ਜੀ। ਉਸ ਤੋਂ ਬਾਅਦ ਇੱਕ ਟੀਚਰ ਰਹਿਣ ਕਾਰਨ ਕੁਛ ਤਾਂ ਫਰਕ ਪੈ ਗਿਆ, ਕੋਈ ਥੋੜ੍ਹਾ ਜਿਹਾ ਐਂ ਆ ਜੀ, ਮਤਲਬ ਵੀ ਬੱਚੇ ਜਿਹੜੇ ਛੋਟੇ ਬੱਚੇ ਸੀਗੇ ਉਹ ਪਹਿਲਾਂ ਤੋਂ
ਪੇਰੈਂਟਸ ਨੇ ਮੰਨ ਲਾ ਵੀ ਗੌਰਮੈਂਟ ਸਕੂਲਾਂ 'ਚ ਲਾ ਤੇ, ਜਿਹੜੇ ਦੂਸਰੇ ਬੱਚੇ ਚੌਥੀ ਪੰਜਵੇਂ ਬੱਚੇ ਸੀਗੇ ਪੰਜਵੀਂ ਕਲਾਸ ਵਾਲੇ ਉਹ ਚਲੇ ਗਏ, ਕਿਉਂਕਿ ਸਕੂਲ ਆਪਣਾ ਪੰਜ ਤਾਂ ਹੀ ਹੈ ਜੀ, ਇਸਦਾ ਕਾਰਨ ਬੱਚੇ ਇੱਥੇ ਘੱਟ ਗਏ। ਲੱਗਦਾ ਨਹੀਂ ਤੁਹਾਨੂੰ ਵੀ ਇਸ ਚੀਜ਼ ਨੂੰ ਪਹਿਲ ਦੇਣੀ ਚਾਹੀਦੀ ਹੈ, ਸਰਕਾਰ ਮੋਟੀਵੇਟ ਕਰ ਰਹੀ, ਨਵੇਂ ਸਕੂਲ ਡਿਜ਼ਾਈਨ ਕਰ ਰਹੀ ਹੈਗੀ, ਜੇ ਸਕੂਲ ਬੰਦ ਹੋ ਗਿਆ ਦਿੱਕਤ ਕਿੰਨੀ ਹੋਊਗੀ ਤੁਹਾਨੂੰ? ਦਿੱਕਤ ਜੀ ਬਹੁਤ ਹੋਊਗੀ, ਪਰ ਸਾਡੀ ਇਹ ਕੋਸ਼ਿਸ਼ ਆ ਜੀ, ਹੁਣ ਸਰਕਾਰ ਵੀ ਬਹੁਤ ਵਧੀਆ ਕੰਮ ਕਰ ਰਹੀ ਆ, ਬਿਲਡਿੰਗਾਂ ਬਣਾ ਰਹੀ ਆ ਬਹੁਤ ਵਧੀਆ, ਟੀਚਰ ਵੀ ਬਹੁਤ ਵਧੀਆ ਸਰਕਾਰ ਦੇ ਰਹੀ ਆ ਇੱਥੇ ਜੀ, ਇਸ ਲਈ ਅਸੀਂ ਗਾਂ ਨੂੰ ਕੋਸ਼ਿਸ਼ ਕਰਾਂਗੇ ਜੀ ਵੱਧ ਤੋਂ ਵੱਧ ਬੱਚੇ ਆਪਦੇ ਪਿੰਡ ਦੇ ਖੇਰੇਗੀ। ਅੱਜ ਇੱਕ ਬੱਚੇ ਨੂੰ ਪੜਾਉਣਾ ਪਿਆ ਇੱਕ ਟੀਚਰ ਨੂੰ, ਕਮੀ ਕੀ ਦੀ ਰਹੇਗੀ, ਡਿਪਾਰਟਮੈਂਟ ਦੀ, ਸਕੂਲ ਦੀ ਜਾਂ ਪਿੰਡ ਵਾਲਿਆਂ ਦੀ? ਨਹੀਂ ਨਹੀਂ ਡਿਪਾਰਟਮੈਂਟ ਦੀ ਨਹੀਂ ਕਮੀ, ਨਾ ਕਿ ਸਕੂਲ ਦੀ ਕਮੀ ਆ ਜੀ, ਥੋੜਾ ਜਿਹਾ ਪਿੰਡ ਵਾਲਿਆਂ ਨੇ ਵੇਖੋ ਜੀ ਬੱਚਿਆਂ ਨੂੰ ਗੌਰਮੈਂਟ ਸਕੂਲ 'ਚ ਲਾਇਆ ਜੀ, ਥੋੜਾ ਜਿਹਾ ਇਹ ਤਾਂ ਕਹਿ ਸਕਦੇ ਆਪਾਂ ਵੀ ਬੱਚੇ ਜਿਹੜੇ ਆਪਣੇ ਇੱਥੇ ਹੈਗੇ ਛੋਟੇ ਬੱਚੇ ਉਹਨਾਂ ਨੇ ਪਹਿਲਾਂ ਤੋਂ ਹੀ ਗੌਰਮੈਂਟ ਸਕੂਲਾਂ ਵਿੱਚ ਬੱਚੇ ਲਾਏ ਹੈ, ਇਸ ਲਈ ਬੱਚਾ ਹੁਣ ਸ਼ੁਰੂ ਤੋਂ ਬੱਚਾ, ਪਹਿਲਾਂ ਤਾਂ 25-30 ਬੱਚੇ ਸੀਗੇ ਜੀ, ਹੁਣ ਹੌਲੀ ਹੌਲੀ ਉਹ ਕਲਾਸਾਂ ਵੱਡੀਆਂ ਹੋ ਗਈਆਂ, ਬੱਚੇ ਚਲੇ ਗਏ ਜੀ, ਹੁਣ ਇਹ ਇੱਕ ਬੱਚਾ ਰਹਿ ਗਿਆ ਜੀ, ਇਸ ਲਈ ਐਤਕੀ ਇੱਕ ਬੱਚਾ ਜੀ, ਅਗਲੀ ਵਾਰ ਨੂੰ ਸਾਡੀ ਇਹ ਕੋਸ਼ਿਸ਼ ਆ ਜੀ ਅਸੀਂ ਵੱਧ ਤੋਂ ਵੱਧ ਬੱਚੇ ਹੋਰ ਸਕੂਲ ਵਿੱਚ ਇੱਥੇ ਲਾਵਾਂਗੇ ਜੀ, ਇਹ ਪਿੰਡ ਸਕੂਲ ਸਕੂਲ ਨੂੰ ਮੰਨ ਲਾ ਅਸੀਂ ਬੰਦ ਨਹੀਂ ਹੋਣ ਦਿੰਦੇ ਜੀ।